ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਅਲੈਕੁਮ ਯਾਰਵਿੰਦਰ ਸਿੰਘ ਬਰਾੜ ਵੱਲੋਂ ਜੀ ਵੀਡੀਓ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਸਾਰੇ ਸੁਣਿਓ ਬਹੁਤ ਜ਼ਰੂਰੀ ਖਬਰਾਂ ਜੋ ਤੁਹਾਡੇ ਨਾਲ ਅੱਜ ਸਾਂਝੀਆਂ ਕਰਨੀਆਂ ਜੀ ਸਭ ਤੋਂ ਜਿਹੜੀ ਵੱਡੀ ਖਬਰ ਪਹਿਲੀ ਆ ਰਹੀ ਹੈ ਜੀ ਜਰਮਨ ਤੋਂ ਤੇ ਜਰਮਨ ਦੇ ਵਿੱਚ ਜਿੱਦਾਂ ਕਿ ਪਹਿਲਾਂ ਉਹਨਾਂ ਨੇ ਲੋਕਡਾਊਨ ਜਿਹੜਾ ਕੀਤਾ ਸੀਗਾ ਕਿ 16 ਦਸੰਬਰ ਤੋਂ ਲੈ ਕੇ 10 ਜਨਵਰੀ ਤੱਕ ਜਿਹੜਾ ਕਿ ਲੋਕਡਾਊਨ ਉਹਨਾਂ ਨੇ ਕੀਤਾ ਸੀਗਾ ਲੋਕਡਾਊਨ ਦੇ ਵਿੱਚ ਕੀ ਸੀਗਾ ਉਹਨਾਂ ਦੇ ਕਿ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੈਗੀ ਜਿਹੜੀਆਂ ਦੁਕਾਨਾਂ ਦੀ ਜ਼ਰੂਰਤ ਨਹੀਂ ਹੈਗੀ ਉਹ ਸਾਰੀਆਂ ਬੰਦ ਸੀਗੀਆਂ ਜਿੱਦਾਂ ਕਿ ਬਾਰ ਰੈਸਟੋਰੈਂਟ ਸਿਨੇਮੇ ਸਕੂਲ ਤੇ ਹੋਰ ਦੁਕਾਨਾਂ ਜਿਨ੍ਹਾਂ ਦੀ ਜ਼ਰੂਰਤ ਨਹੀਂ ਹੈਗੀ ਹੁਣ ਜਰਮਨ ਦੇ ਵਿੱਚ ਕੇਸ ਜਿਹੜੇ ਆ ਕਰੋਨਾ ਵਾਇਰਸ ਦੇ ਲਗਾਤਾਰ ਵਧਦੇ ਜਾ ਰਹੇ ਆ ਉਸ ਨੂੰ ਦੇਖਦੇ ਹੋਏ ਗਵਰਨਮੈਂਟ ਨੇ ਫੈਸਲਾ ਕੀਤਾ ਕਿ ਜਿਹੜਾ ਲੋਕਡਾਊਨ ਆ ਉਹ 31 ਜਨਵਰੀ ਤੱਕ ਯਾਨੀ ਕਿ ਜਨਵਰੀ ਦਾ ਪੂਰਾ ਮਹੀਨਾ ਜਿਹੜਾ ਕਿ ਲੋਕਡਾਊਨ ਕੰਟੀਨਿਊ ਇਦਾਂ ਹੀ ਚੱਲੂਗਾ ਦੇ ਨਾਲ ਇਹ ਵੀ ਕਹਿ ਦਿੱਤਾ ਗਿਆ ਕਿ 25 ਜਨਵਰੀ ਨੂੰ ਇੱਕ ਮੰਤਰੀਆਂ ਦੀ ਮੀਟਿੰਗ ਹੋਊਗੀ ਤੇ ਉਸ ਦੇ ਵਿੱਚ ਜਿਹੜਾ ਕਿ ਅਗਲਾ ਫੈਸਲਾ ਲਿਆ ਜਾਊਗਾ ਕਿ ਲਾਕਡਾਊਨ ਕੰਟੀਨਿਊ ਇਦਾਂ ਹੀ ਚੱਲਣਾ ਚਾਹੀਦਾ ਹੈ ਜਾਂ ਇਸ ਨੂੰ 31 ਜਨਵਰੀ ਤੋਂ ਬਾਅਦ ਖੋਲ ਦਿੱਤਾ ਜਾਵੇਗਾ ਕਿਉਂਕਿ ਜਦੋਂ ਵੀ ਯੂਰਪ ਦੀ ਇੱਕ ਕੰਟਰੀ ਫੈਸਲਾ ਲੈਂਦੀ ਹੈ ਤਾਂ ਉਸ ਦਾ ਅਸਰ ਜਿਹੜਾ ਕਿ ਸਾਰੀਆਂ ਕੰਟਰੀਆਂ ਦੇ ਉੱਪਰ ਪੈਣਾ ਸਟਾਰਟ ਹੋ ਜਾਂਦਾ ਹੈ ਗੱਲ ਕਰਾਂਗੇ ਜੀ ਫਰਾਂਸ ਦੀ ਫਰਾਂਸ ਦੇ ਵਿੱਚ ਵੀ ਹਲਚਲ ਥੋੜੀ-ਬਹੁਤੀ ਹੋ ਰਹੀ ਆ ਹੋ ਸਕਦਾ ਹੈ ਫਰਾਂਸ ਦੇ ਕੁਝ ਕੁ ਏਰੀਆ ਦੇ ਵਿੱਚ ਜਿਹੜਾ ਕਿ ਲੋਕਡਾਊਨ ਲਗਾ ਦੇਣ ਹਾਲਾਂਕਿ ਫਰਾਂਸ ਦੇ ਵਿੱਚ ਕੁਝ ਕੁ ਏਰੀਏ ਹੀ ਆ ਜਿਨ੍ਹਾਂ ਦੇ ਵਿੱਚ ਕਰਫੂ ਜਿਹੜਾ ਆ ਸ਼ਾਮ ਨੂੰ 6 ਵਜੇ ਤੋਂ ਸਟਾਰਟ ਹੋ ਜਾਂਦਾ ਆ ਪਰ ਪ੍ਰੋਪਰ ਤੌਰ ਦੇ ਉੱਪਰ ਦੁਕਾਨਾਂ ਦੇ ਕੋਨਾ ਜਿੱਦਾਂ ਖੋਲੀਆਂ ਨੇ ਜਾਂ ਲੋਕ ਬਾਹਰ ਤੁਰੇ ਫਿਰਦੇ ਆ 387 ਦੀ ਛੋੜ ਦਿੱਤੀ ਹੋਈ ਹੈ ਸ਼ਾਮਾਂ ਨੂੰ ਭਰਨੀ ਪੈਂਦੀ ਆ ਹੋ ਸਕਦਾ ਹੈ ਫਰਾਂਸ ਦੇ ਕੁਝ ਕੁ ਏਰੀਆ ਦੇ ਵਿੱਚ ਪ੍ਰੋਪਰ ਤੌਰ ਤੇ ਲੋਕਡਾਊਨ ਲਗਾ ਦਿੱਤਾ ਜਾਵੇ ਪੂਰੇ ਫਰਾਂਸ ਦੇ ਵਿੱਚ ਲੋਕਡਾਊਨ ਨਹੀਂ ਲੱਗੇਗਾ ਐਸ ਦਾ ਵੀ ਜਿਹੜਾ ਕਿ ਜ਼ਿਕਰ ਕੀਤਾ ਆ ਤੇ ਜਦੋਂ ਪੂਰੇ ਫਰਾਂਸ ਦੇ ਵਿੱਚ ਲੋਕਡਾਊਨ ਲੱਗਦਾ ਜਾਂ ਯੂਰਪ ਦੀ ਕਿਸੇ ਵੀ ਕੰਟਰੀ ਦੁਨੀਆ ਦੀ ਕਿਸੇ ਵੀ ਕੰਟਰੀ ਦੇ ਵਿੱਚ ਜੇ ਲੋਕਡਾਊਨ ਲੱਗਦਾ ਨਾ ਪ੍ਰੋਪਰ ਤੌਰ ਤੇ ਉਸ ਨੂੰ ਨੈਸ਼ਨਲ ਲੋਕਡਾਊਨ ਕਿਹਾ ਜਾਂਦਾ ਆ ਨੈਸ਼ਨਲ ਲੋਕਡਾਊਨ ਦਾ ਮਤਲਬ ਹੁੰਦਾ ਕਿ ਪੂਰੀ ਕੰਟਰੀ ਬੰਦ ਕਰ ਦੇਣੀ 에어ਪੋਰਟ ਬੰਦ ਕਰ ਦੇਨੇ ਸਾਰੀਆਂ ਦੁਕਾਨਾਂ ਸਾਰੇ ਬਿਜ਼ਨਸ ਬੰਦ ਕਿਉਂਕਿ 2021 ਚੜਿਆ ਆ ਹਰ ਇੱਕ ਕੰਟਰੀ ਨੂੰ ਆਪਣੀ ਇਕਨੋਮੀ ਦਾ ਫਿਕਰ ਆ ਕਿ ਸਾਡੀ ਕੰਟਰੀ ਉੱਪਰ ਨੂੰ ਜਾਵੇ ਕਿਉਂਕਿ 2020 ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਕੰਟਰੀਆਂ ਦਾ ਨੁਕਸਾਨ ਹੋਇਆ ਆ ਫਰਾਂਸ ਨੇ ਵੀ ਜਿਹੜੀ ਕਿ ਲੋਕਾਂ ਦੀ ਬਹੁਤ ਜ਼ਿਆਦਾ ਹੈਲਪ ਕੀਤੀ ਆਪਣੇ ਖਜ਼ਾਨੇ ਦੇ ਵਿੱਚੋਂ ਬਹੁਤ ਲੋਕਾਂ ਨੂੰ ਜਿਹੜਾ ਕਿ ਪੈਸਾ ਦਿੱਤਾ ਆ ਦੁਕਾਨਾਂ ਵਾਲਿਆਂ ਨੂੰ ਰੈਸਟੋਰੈਂਟ ਵਾਲਿਆਂ ਨੂੰ ਸ਼ਮਾਜ ਪਰਸੀਅਲ ਹੁਣ ਗੱਲ ਕਰਾਂਗੇ ਰੈਸਟੋਰੈਂਟਾਂ ਦੀ ਰੈਸਟੋਰੈਂਟ 20 ਜਨਵਰੀ ਨੂੰ ਫਰਾਂਸ ਦੇ ਵਿੱਚ ਖੁੱਲਣੇ ਸੀਗੇ ਤੇ ਉਸ ਦੇ ਬਾਰੇ ਵੀ ਜਿਹੜਾ ਬਰੂਨੋ ਲਾ ਮਹਿਰਮ ਮਿਨਿਸਟਰ ਜਿਹੜਾ ਆਪਣਾ ਥਰਵਾਈ ਦਾ ਆ ਉਸ ਨੇ ਕੀ ਆਗੇ ਹਰਿ ਆਫੀਸ਼ੀਅਲ ਅਨਾਉਂਸਮੈਂਟ ਨਹੀਂ ਹੈਗੀ ਵੀ ਜਿਹੜਾ ਰੈਸਟੋਰੈਂਟ ਆ ਉਹ ਵੀ ਜਨਵਰੀ ਨੂੰ ਨਹੀਂ ਖੁੱਲਣੇ ਤੇ ਇਸ ਦੀ ਜਿਹੜੀ ਡੇਟ ਆ ਅੱਗੇ ਵਧਾਈ ਜਾ ਸਕਦੀ ਹੈ ਇੱਕ ਹਿੰਟ ਦੇ ਗਏ ਨੇ ਉਹ ਖਬਰਾਂ ਦੇ ਵਿੱਚ ਹਿੰਟ ਇਹ ਦਿੱਤਾ ਆ ਕਿ ਸ਼ਮਾਜ ਪਰਸੀਅਲ ਰੈਸਟੋਰੈਂਟਾਂ ਵਾਲਿਆਂ ਦੀ ਕੰਟੀਨਿਊ ਚੱਲੂਗੀ ਜਿੰਨੀ ਦੇਰ ਤੱਕ ਗਵਰਨਮੈਂਟ ਵੱਲੋਂ ਕੋਈ ਐਲਾਨ ਨਹੀਂ ਆਉਂਦਾ ਤੇ ਰੈਸਟੋਰੈਂਟਾਂ ਨੂੰ ਜਿਹੜੀ ਹੈਲਪ ਆ ਉਹ ਵੀ ਉਦਾਂ ਹੀ ਮਿਲਦੀ ਰਹੂਗੀ ਜਿੱਦਾਂ ਗਵਰਨਮੈਂਟ ਨੇ ਐਲਾਨ ਕੀਤਾ ਹੋਇਆ ਹੈ ਸ਼ੀਫ ਦੇ ਫੈਰ ਦੇ ਹਿਸਾਬ ਦੇ ਨਾਲ ਪਰ ਹਜੇ ਆਫੀਸ਼ੀਅਲ ਯਾਨੀ ਕਿ ਯਾ ਪੱਕਾ ਕਹਿੰਦਾ ਵੀ ਗਵਰਨਮੈਂਟ ਨੇ ਹਜੇ ਇਸ ਬਾਰੇ ਬਿਆਨ ਨਹੀਂ ਦਿੱਤਾ ਇਹ ਜਿਹੜੀ ਨਿਊਜ਼ ਨਿਕਲ ਕੇ ਆਈ ਹੈ ਇਹ ਅਨਆਫੀਸ਼ੀਅਲ ਨਿਕਲ ਕੇ ਆਈ ਆ ਬਈ ਕੋਈ ਵੀ ਜਿਹੜੀ ਖਬਰ ਹੁੰਦੀ ਹੈ ਨਾ ਫਰਾਂਸ ਦੇ ਵਿੱਚ ਹੁਣ ਮੈਨੂੰ ਕਾਫੀ ਟਾਈਮ ਹੋ ਗਿਆ ਖਬਰਾਂ ਦੰਦੇ ਨੂੰ ਬਈ ਇਸ ਜਿਹਨੂੰ ਖਬਰਾਂ ਬਾਹਰ ਨਿਕਲਦੀਆਂ ਨੇ ਕਾਫੀ ਹੱਦ ਤੱਕ ਸੱਚ ਹੁੰਦੀਆਂ ਨੇ ਇਹ ਕਿਉਂਕਿ ਲੋਕਾਂ ਦਾ ਜਿਹੜਾ ਕਿ ਰਿਐਕਟ ਦੇਖਦੇ ਆ ਕਿ ਲੋਕ ਕਿੱਦਾਂ ਇਸ ਕਾਨੂੰਨ ਨੂੰ ਦੇਖਦੇ ਆ ਉਸ ਤੋਂ ਬਾਅਦ ਉਹਨੂੰ ਪ੍ਰੋਪਰ ਤੌਰ ਤੇ ਜਿਹੜਾ ਕਿ ਲਾਗੂ ਕੀਤਾ ਜਾਂਦਾ ਆ ਜਿਹੜੇ ਰੈਸਟੋਰੈਂਟ ਆ ਉਹ ਵੀ 20 ਜਨਵਰੀ ਨੂੰ ਉਮੀਦ ਨਹੀਂ ਹੈਗੀ ਕਿ ਖੁੱਲਣਗੇ ਇਹਨਾਂ ਦੀ ਜਿਹੜੀ ਡੇਟ ਆ ਅੱਗੇ ਵੱਧ ਸਕਦੀ ਆ ਜਿੱਦਾਂ ਕਿ ਲਵਰੇਜ਼ੋਮ ਪੁਖਤੇ ਦਾ ਕੰਮ ਚੱਲੂਗਾ ਸਰਪਲੱਸ ਜਿਹੜਾ ਆ ਕਿ ਬੰਦ ਰਹਿਣਗੇ ਤੇ ਹਜੇ ਨਾ ਡਿਜ਼ਨੀ ਲੈਂਡ ਬਾਰੇ ਨਾ ਆਇਫਲ ਟਾਵਰ ਬਾਰੇ ਜਾਂ ਜਿੰਨੀਆਂ ਵੀ ਟੂਰਿਸਟ ਏਰੀਆ ਆ ਫਰਾਂਸ ਦੇ ਵਿੱਚ ਘੁੰਮਣ ਫਿਰਨ ਆਲੇ ਉਹਨਾਂ ਬਾਰੇ ਕੋਈ ਵੀ ਐਲਾਨ ਨਹੀਂ ਆਇਆ ਵੀ ਕਦੋਂ ਖੁੱਲਣਗੇ ਕਦੋਂ ਨਹੀਂ ਜਦੋਂ ਵੀ ਉਹਨਾਂ ਬਾਰੇ ਐਲਾਨ ਆਇਆ ਉਹ ਮੈਂ ਤੁਹਾਨੂੰ ਦੱਸ ਦੂੰਗਾ ਕਿ ਬਹੁਤ ਸਾਰੇ ਵੀਰ ਆਇਫਲ ਟਾਵਰ ਦੇ ਉੱਪਰ ਕੰਮ ਕਰਦੇ ਆ ਤੇ ਉਹ ਅਕਸਰ ਫੋਨ ਕਰਕੇ ਪੁੱਛਦੇ ਰਹਿੰਦੇ ਆ ਕਿ ਭਾਜੀ ਕਦੋਂ ਖੁੱਲੂਗਾ ਜੀ ਜਿਹੜੀ ਵੈਕਸੀਨ ਪੂਰੀ ਦੁਨੀਆ ਦੇ ਵਿੱਚ ਲੱਗ ਰਹੀ ਹੈ ਜਿਸ ਦਾ ਨਾਮ ਹੈਗਾ ਜੀ ਫਾਈਜ਼ਰ ਉਸ ਵੈਕਸੀਨ ਦਾ ਵੀ ਸਾਈਡ ਇਫੈਕਟ ਇੱਕ ਮਰੀਜ਼ ਦੇ ਉੱਪਰ ਹੋ ਗਿਆ ਜੀ ਸਾਈਡ ਇਫੈਕਟ ਦਾ ਜਿੱਦਾਂ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਆ ਕਿ ਉਸ ਨੂੰ ਅਧਰੰਗ ਹੋ ਗਿਆ ਉਸ ਦਾ ਇੱਕ ਸਾਈਡ ਜਿਹੜੀ ਹੈ ਕਿ ਸਰੀਰ ਦੀ ਖੜ ਗਈ ਜਿਸ ਨੂੰ ਲੱਕਵਾ ਕਿਹਾ ਜਾਂਦਾ ਹੈ ਕਿ ਹੁਣ ਜਿਹੜਾ ਮਰੀਜ਼ ਆ ਉਹ ਆਈਸੀਯੂ ਦੇ ਵਿੱਚ ਦਾਖਲات ਇਹ ਜਿਹੜਾ ਘਟਨਾ ਹੋਈ ਹੈ ਜੀ ਇਹ ਅਮਰੀਕਾ ਦੇ ਵਿੱਚ ਹੋਈ ਹੈ ਇਹ ਤੇ ਹੁਣ ਡਾਕਟਰ ਜਿਹੜਾ ਕਿ ਉਸ ਚੀਜ਼ ਬਾਰੇ ਵਿਚਾਰ ਕਰ ਰਹੇ ਐ ਐਸਟੀਕੇ ਬਾਰੇ ਵੀ ਕੀ ਜਿਹੜਾ ਕਿ ਹੋਣਾ ਚਾਹੀਦਾ ਹੈ ਹਾਲਾਂਕਿ ਟੀਕਾ ਲੱਗ ਰਿਹਾ ਆ ਫਰਾਂਸ ਦੇ ਵਿੱਚ ਵੀ ਫਾਈਜ਼ਰ ਕੰਪਨੀ ਦਾ ਟੀਕਾ ਲੱਗ ਰਿਹਾ ਕਾਫੀ ਕੰਟਰੀਆਂ ਨੇ ਜਿਨ੍ਹਾਂ ਨੇ ਇਜਾਜ਼ਤ ਦਿੱਤੀ ਹੋਈ ਆ ਫਾਈਜ਼ਰ ਕੰਪਨੀ ਨੂੰ ਤੇ ਇਸੇ ਕੰਪਨੀ ਦੇ ਟੀਕੇ ਸਾਰੀਆਂ ਕੰਟਰੀਆਂ ਦੇ ਵਿੱਚ ਲੱਗ ਵੀ ਰਹੇ ਆ ਜਿਹੜਾ ਇਹ ਹੀ ਮਰੀਜ਼ ਸੀ ਕਹਿੰਦੇ ਇਹਦੇ ਸਰੀਰ ਦੇ ਉੱਪਰ ਨਿੱਕੇ ਨਿੱਕੇ ਦਾਣੇ ਹੋਣ ਲੱਗ ਗਏ ਉਸ ਤੋਂ ਬਾਅਦ ਉਸ ਦਾ ਸਰੀਰ ਜਿਹੜਾ ਕਿ ਖੜਨਾ سٹਾਰਟ ਹੋ ਗਿਆ ਤੇ ਸਰੀਰ ਦੇ ਦੇਖਦੇ ਦੇਖਦੇ ਉਹਦੇ ਕਾਫੀ ਅੰਗ ਜਿਹੜੇ ਕਿ ਖਲੋ ਗਏ ਕਹਿੰਦਾ ਮਤਲਬ ਕਿ ਲੱਕਵਾ ਹੋ ਗਿਆ ਜੀ ਜਿਹੜੇ ਫਰਾਂਸ ਦੇ ਵਿੱਚ 5 ਤਰੀਕ ਨੂੰ ਕੇਸ ਸਾਹਮਣੇ ਆਏ ਨੇ ਜੀ 20499 ਤੇ ਮੌਤਾਂ ਦੀ ਗਿਣਤੀ 867 ਜਿਹੜੀ ਕਿ ਸਾਹਮਣੇ ਆਈ ਤੇ ਠੀਕ ਹੋਣ ਵਾਲਿਆਂ ਦੀ ਗਿਣਤੀ 1467 ਸੀਗੀ ਫ੍ਰਾਂਸ ਦੇ ਵਿੱਚ ਵੀ ਲਗਾਤਾਰ ਕੇਸਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਜਿੱਦਾਂ ਕਿ ਗਵਰਨਮੈਂਟ ਹਰ ਵਾਰ ਜਦੋਂ ਵੀ ਐਲਾਨ ਆਉਂਦੇ ਆ ਕਿਸੇ ਵੀ ਮਨਿਸਟਰ ਦੇ ਇਹ ਗੱਲ ਰੱਖਦੇ ਆ ਕਿ 3000 ਤੋਂ ਕੇਸ ਘਟਾਉਣ ਤਾਂ ਹੀ ਸਾਇਦਾ ਤਾਂ ਅਸੀਂ ਆਹ ਕਰਾਂਗੇ ਆਹ ਕਰਾਂਗੇ ਆਹ ਕਰਾਂਗੇ ਇਦਾਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ ਹੁਣ ਗੱਲ ਕਰਾਂਗੇ ਜੀ ਯੂਕੇ ਦੀ ਯੂਕੇ ਦੇ ਵਿੱਚ ਵੀ ਪ੍ਰੋਪਰ ਤੌਰ ਦੇ ਉੱਪਰ ਲੋਕਡਾਊਨ ਕਰ ਦਿੱਤਾ ਗਿਆ ਹੈ ਸਾਰੀਆਂ ਫਲਾਈਟਾਂ ਜਿਹੜੀਆਂ ਕਿ ਬੰਦ ਕਰ ਦੇ ਗਈਆਂ ਨੇ ਯਾਰਪ ਦੀਆਂ ਫਲਾਈਟਾਂ ਵੀ ਬੰਦ ਨੇ ਦੂਸਰੀਆਂ ਸਾਰੀਆਂ ਫਲਾਈਟਾਂ ਜਿਹੜੀਆਂ ਕਿ ਬੰਦ ਕਰ ਦਿੱਤੀਆਂ ਗਈਆਂ ਨੇ ਹੁਣ ਜਿਹੜਾ ਕਿ ਯੂਕੇ ਤੋਂ ਜੇਕਰ ਕਿਸੇ ਨੂੰ ਇੰਡੀਆ ਜਾਣਾ ਜਾਂ ਇੰਡੀਆ ਤੋਂ ਯੂਕੇ ਨੂੰ ਆਉਣਾ ਹੈ ਉਸ ਨੂੰ ਐਮਬੈਸੀ ਦੇ ਨਾਲ ਸੰਪਰਕ ਕਰਨਾ ਪੈਣਾ ਹੈ ਉਹ ਬੰਦੇ ਭਾਰਤ ਜਿਹੜੀ ਕਿ ਫਲਾਈਟ ਸਪੈਸ਼ਲ ਕੋਰੋਨਾ ਵਾਇਰਸ ਦੇ ਦੌਰਾਨ ਚਲਾਈ ਗਈ ਸੀ ਉਹੋ ਚੱਲ ਰਹੀ ਹੈ ਜੀ 에어 ਇੰਡੀਆ ਦੀ ਤੇ ਉਸ ਤੇ ਹੀ ਜਿਹੜਾ ਕਿ ਮੈਸੇਜ ਨਾਲ ਸੰਪਰਕ ਕਰਕੇ ਯੂਕੇ ਦੇ ਵਿੱਚੋਂ ਬਾਹਰ ਤੇ ਅੰਦਰ ਜਿਹੜਾ ਕਿ ਐਂਟਰ ਹੋਇਆ ਜਾ ਸਕਦਾ ਹੈ ਜੀ 2300 ਵੱਧ ਲੋਕਾਂ ਨੂੰ ਕੰਮ ਦੇ ਉੱਪਰੋਂ ਜਵਾਬ ਮਿਲ ਗਿਆ ਜੀ ਜਿਹੜੇ ਮੇਰੇ ਵੀਰ ਗੱਡੀਆਂ ਰੱਖਦੇ ਉਹਨਾਂ ਨੂੰ ਪਤਾ ਹੋਊਗਾ ਕਿ ਮਿਸ਼ਲਾ ਕੰਪਨੀ ਦੇ ਟਾਇਰ ਗੱਡੀਆਂ ਦੇ ਆਪਾਂ ਦੇਖ ਰਹੇ ਹਾਂ ਕਿ ਐਮ ਦੇ ਨਾਲ ਪੈਂਦਾ ਮਿਸ਼ਲਾ ਉਹਨਾਂ ਦੇ ਫਰਾਂਸ ਦੇ ਵਿੱਚ ਆਪਣੇ 2300 ਵਰਕਰਾਂ ਨੂੰ ਜਿਹੜਾ ਕਿ ਕੰਮ ਦੇ ਉੱਪਰੋਂ ਜਵਾਬ ਦੇਦਾ ਜੀ ਕਰੀਜ਼ ਕਰਕੇ ਕਿਉਂ ਕੰਮ ਦੀ ਬਹੁਤ ਜ਼ਿਆਦਾ ਮੰਦੀ ਹੈ ਜਿੱਥੇ ਵੀ ਤੁਸੀਂ ਕੰਮ ਦੇ ਉੱਪਰ ਲੱਗੇ ਹੋਆਂ ਕੰਮ ਦੀ ਕਦਰ ਕਰੋ ਤੇ ਸ਼ੁਕਰ ਕਰੋ ਪਰਮਾਤਮਾ ਦਾ ਕਿ ਤੁਹਾਡਾ ਕੰਮ ਚੱਲਦਾ ਪਿਆ ਹੈ ਬਹੁਤ ਸਾਰੇ ਆਪਣੇ ਪੰਜਾਬੀ ਪਾਕਿਸਤਾਨੀ ਵੀਰ ਵੀ ਨੇ ਜਿਹੜੇ ਕਿ ਕਮਾਕਾਰਾਂ ਤੋਂ ਵੇਲੇ ਬੈਠੇ ਜਿਨ੍ਹਾਂ ਦਾ ਚੱਲ ਰਿਹਾ ਆ ਬਹੁਤ ਵਧੀਆ ਗੱਲ ਆ ਜੀ ਫਰਾਂਸ ਦੇ ਹਰ ਡਿਪਾਰਟਮੈਂਟ ਦੇ ਵਿੱਚ 5 ਤੋਂ 6 ਸੈਂਟਰ ਖੋਲੇ ਜਾਣਗੇ ਵੈਕਸੀਨ ਵਾਲੇ 2 ਹਫ਼ਤਿਆਂ ਦੇ ਵਿੱਚ 500 ਤੋਂ ਵੱਧ ਸੈਂਟਰ ਜਿਹੜੇ ਆ ਕਿ ਖੋਲ ਦੇਣੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਜਿਹੜੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਇਹੇ ਜਿਹੜਾ ਕਿ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਜੀ ਮੋਡਰਨਾ ਜਿਹੜੀ ਵੈਕਸੀਨ ਆ ਜਿੱਦਾਂ ਫਾਈਜ਼ਰ ਵੈਕਸੀਨ ਆ ਓਦਾਂ ਹੀ ਮੋਡਰਨਾ ਆ ਤੇ ਇਸ ਵੈਕਸਿਨ ਨੂੰ ਵੀ ਯੂਰਪ ਯੂਨੀਅਨ ਨੇ ਹਰੀ ਝੰਡੀ ਦੇ ਦਿੱਤੀ ਆ ਪਹਿਲਾਂ ਇਸ ਵੈਕਸੀਨ ਨੂੰ ਕਿਸੇ ਕਾਰਨ ਕਰਕੇ ਰੋਕ ਦਿੱਤਾ ਗਿਆ ਸੀਗਾ ਪਰ ਹੁਣ ਲਗਾਤਾਰ ਜਿਹੜੀ ਇਹ ਵੈਕਸੀਨ ਆ ਲੱਗਣੀ ਸਟਾਰਟ ਹੋ ਜੂਗੀ ਯੂਰਪ ਦੇ ਵਿੱਚ ਕਿਉਂਕਿ ਅਲੱਗ-ਅਲੱਗ ਕੰਪਨੀਆਂ ਜਿਹੜੀਆਂ ਕਿ ਦਾਅਵੇ ਕਰਦੀਆਂ ਨੇ ਜਿੱਦਾਂ ਇੰਡੀਆ ਦੇ ਵਿੱਚ ਹੋਰ ਕੰਪਨੀ ਆ ਉਸਨੇ ਜਿਹੜਾ ਕਿ ਮਨਜ਼ੂਰੀ ਮਿਲੀ ਆ ਉਸ ਨੂੰ ਯੂਕੇ ਦੀ ਐਕਸਪੋਰਟ ਯੂਨੀਵਰਸਿਟੀ ਤੋਂ ਐਮਰਜੈਂਸੀ ਯੂਜ਼ ਵਾਸਤੇ ਕਿੱਦਾਂ ਅਲੱਗ-ਅਲੱਗ ਜਿਹੜੀਆਂ ਕੰਪਨੀਆਂ ਨੇ ਚੈਨਾ ਵਾਲਿਆਂ ਨੇ ਆਪਣੀ ਵੈਕਸੀਨ ਤਿਆਰ ਕੀਤੀ ਆ ਇਹਦਾ ਹਰ ਇੱਕ ਲੱਗਿਆ ਹੋਇਆ ਜੀ ਡਰਟੀ ਸਟੋਰ ਬਾਰੇ ਆਪਾਂ ਨੂੰ ਸਾਰਿਆਂ ਨੂੰ ਪਤਾ ਤੇ ਫਨੈਕ ਬਾਰੇ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਆਪਣੇ ਇਲੈਕਟ੍ਰੋਨਿਕ ਸਮਾਨ ਵਜੋਂ ਇਹ ਦੋਵੇਂ ਸਟੋਰ ਜਾਣੇ ਜਾਂਦੇ ਨੇ ਤੇ ਇਹਨਾਂ ਨੇ ਜਿਹੜਾ ਕਿ ਅੱਜ ਇੱਕ ਆਪਣਾ ਬਿਜਲੀ ਤੇ ਚੱਲਣ ਵਾਲਾ ਸਕੂਟਰ ਯਾਨੀ ਕਿ ਇਲੈਕਟ੍ਰੋਨਿਕ ਸਕੂਟਰ ਲਾਂਚ ਕੀਤਾ ਜਿਸ ਦੀ ਕੀਮਤ 4000 ਯੂਰੋ ਇਹਨਾਂ ਨੇ ਰੱਖੀ ਆ ਤੁਸੀਂ ਇਹਨਾਂ ਦੀਆਂ ਮਾਰਕੀਟਾਂ ਦੇ ਵਿੱਚ ਜਾ ਕੇ ਉਹ ਸਕੂਟਰ ਦਾ ਕਾਪੀ ਦੇਖ ਸਕਦੇ ਹੋ ਜੇ ਕਿਸ਼ਤਾਂ ਤੇ ਵੀ ਸਕੂਟਰ ਦੇ ਰਹੇ ਆ ਦੇ ਉਸ ਦਾ ਰਿਜ਼ਲਟ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਵੀ ਕਿੰਨਾ ਕੁ ਇਹ ਕਾਰਗਰ ਜਿਹੜਾ ਸਕੂਟਰ ਬਿਜਲੀ ਵਾਲਾ ਕਾਮਯਾਬ ਹੁੰਦਾ ਆ ਹੁਣ ਗੱਲ ਕਰਾਂਗੇ ਜੀ ਕਰੰਸੀ ਦੀ ਜਿਹੜੀ ਕਿ ਕਰੰਸੀ ਯੂਰੋ ਦੀ ਇੰਡੀਆ ਦੀ ਕਰੰਸੀ ਦੇ ਮੁਕਾਬਲੇ ਤਾਂ ਰੇਟ ਜਿਹੜਾ ਜੀ ਉਹ 90 ਯੂਰੋ ਜਿਹੜਾ ਕਿ ਨੋਟ 90 ਰੁਪਏ ਨੋਟ ਕੀਤਾ ਗਿਆ ਜੀ ਅੱਜ ਦਾ ਜਿਹੜਾ ਰੇਟ ਸੀਗਾ ਤੇ ਪਾਕਿਸਤਾਨੀ ਕਰੰਸੀ ਦੇ ਮੁਕਾਬਲੇ 197 ਰੁਪਏ 11 ਪੈਸੇ ਜਿਹੜਾ ਕਿ ਜਿਹੜਾ ਰੇਟ ਆ ਯੂਰੋ ਦਾ ਰਿਆ ਜੀ ਉਮੀਦ ਕਰਦੇ ਹਾਂ ਖਬਰਾਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਜੇ ਖਬਰਾਂ ਪਸੰਦ ਆਈਆਂ ਤੇ ਹਸਦੇ ਹਸਦੇ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਜੇਕਰ ਸਬਸਕ੍ਰਾਈਬ ਕੀਤਾ ਤਾਂ ਬਹੁਤ ਬਹੁਤ ਧੰਨਵਾਦ ਜੇਕਰ ਪਹਿਲੀ ਵਾਰੀ ਤੁਸੀਂ ਆਏ ਹੋ ਤਾਂ ਲਾਲ ਰੰਗ ਦੇ ਬਟਨ ਤੇ ਕਲਿੱਕ ਕਰਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜੁੜ ਸਕਦੇ ਤਾਂ ਜੋ ਹਰ ਇੱਕ ਤੁਹਾਡੇ ਤੱਕ ਫਰਾਂਸ ਦੀ ਅਪਡੇਟ ਮਿਲਦੀ ਰਹੇ ਆਪਣਾ ਖਿਆਲ ਰੱਖਿਓ ਆਪਣੇ ਆਹਲ ਵਾਲਾ ਸਾਫ਼ ਰੱਖੋ ਹੱਥ ਧੋਦੇ ਰਹੋ ਤਾਂ ਜੋ ਇਸ ਵਾਇਰਸ ਤੋਂ ਬਚਿਆ ਜਾ ਸਕੇ ਮਿਲਦੇ ਹਾਂ ਅਗਲੀਆਂ ਖਬਰਾਂ ਦੇ ਵਿੱਚ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਵਾਲੇਕੁਮ